हाँ जी, वेलकम बैक टू अवर न्यू ब्लॉग। मैं तो अपना मान यूट्यूबर हाँ जी दोस्तों, सूरज निकलया आ ते आपां भी रेडी हाँ। आपां ड्रेस पाई है, तुसीं देख सकते हो, आपां भी रेडी हाँ जाण लई गुरु काशी यूनिवर्सिटी। तो आपां उत्थों दे स्टूडेंट हाँ, तो आप अज उत्थों दा ब्लॉग बनाउणा। तो एक तुहानूं इनफॉर्मेशन देनी है भी उत्थे धरना लग्या होया यूनिवर्सिटी बंद कराउण लई, जिहड़ा तुहानूं आपां दिखावांगे ते उहदे कारण भी दस्सांगे क्यों ब्लॉग ते बने रहो। रही गल ना यूनिवर्सिटियां दी, जे इन्हां खिलाफ बोलोगे तां ही ठल पैणियां। नहीं इन्हां ने लुट इत्थे ही बढ़ाईआं होईआं, पिछले साल नालों फीसां वधीआं, तू पिछले साल नालों तू पिछले साल वधीआं सी, अज तू अगले साल फिर वधणीआं। ते जिहड़े अंदर उहदे पढ़ाई जांदे आ उहनां नूं पुछ लो इहनां दीआं तनखाहां किन्नीआं क वधीआं, ते जिहड़े गेटां ते खड़े इहनां नूं पुछ लो इहनां दीआं तनखाहां किन्नीआं क वधीआं। ਆਪਾਂ ਲੋਕ ਆਪ ਹੀ ਏਜੰਟ ਬਣ ਕੇ ਇਹਨਾਂ ਦੇ ਜਾਂਦੇ ਹਾਂ, ਆਪ ਹੀ ਸਟੂਡੈਂਟ ਪੱਟ ਕੇ ਲਿਆਉਂਦੇ ਹਾਂ। ਇਹ ਗਲਤੀਆਂ ਅਸੀਂ ਵੀ ਕੀਤੀਆਂ ਜਦੋਂ ਅਸੀਂ ਪੜ੍ਹਦੇ ਸੀ। ਅਸੀਂ ਕਹਿੰਦੇ ਹੁੰਦੇ ਸੀ ਅਸੀਂ ਵੱਡੀ ਯੂਨੀਵਰਸਿਟੀ ਲੱਗਿਆ, ਬਈ ਬਹੁਤ ਵਧੀਆ ਪ੍ਰਬੰਧ ਆ, ਬੜੀ ਵੱਡੀ ਯੂਨੀਵਰਸਿਟੀ ਆ, ਉੱਥੇ ਉਹਦੇ ਪਾਰਕ ਬਣੇਗਾ, ਉਹਦੇ ਵੱਡੀ ਬਿਲਡਿੰਗ ਆ, ਉੱਥੇ ਬੱਸਾਂ ਆਉਂਦੀਆਂ, ਉੱਥੇ ਹੋਰ ਸਾਰੀ ਸਹੂਲਤਾਂ। ਇਹ ਕੱਲੀਆਂ ਬਾਹਰੀ ਸਹੂਲਤਾਂ, ਅੰਦਰਲੀਆਂ ਸਹੂਲਤਾਂ ਦੇਖੋ, ਤੁਹਾਡੀ ਡਿਗਰੀ 'ਚ ਦੇਖੋ ਕੀ ਤੰਦ ਆ। ਬਾਕੀ ਇਹਦਾ ਦੁਕਾਨਾ ਯਾਰ, ਤੁਸੀਂ ਇੱਥੇ ਲੱਖ ਰੁਪਈਆ ਲੈ ਕੇ ਖਰੀਦ ਰਹੇ ਹੋ, ਉਹੀ ਚੀਜ਼ ਤੁਹਾਨੂੰ ਅੰਦਰ ਬਾਜ਼ਾਰ 'ਚ ਜਾ ਕੇ ਸਰਕਾਰੀ ਕਾਲਜ 'ਚ ਆ ਕੇ ਕੋਈ ਚੀਜ਼ 20,000 'ਚ ਮਿਲਦੀ ਆ। ਵੀ ਸਰਕਾਰੀ ਕਾਲਜਾਂ ਨੂੰ ਕਹਿ ਦੇ, ਮੈਂ ਇੰਨੀ ਗੱਲ ਕਹੂੰਗਾ, ਪ੍ਰਾਈਵੇਟ ਅਦਾਰਿਆਂ ਨੂੰ ਕਹਿ ਲਾ ਦੋ, ਨਹੀਂ ਸਾਡੇ ਨੂੰ ਧੁੱਪੇ ਹੀ ਮੱਚਣਾ। ਧਰਨਿਆਂ 'ਚ ਹੀ ਬੈਠਣਾ, ਪਹਿਲਾਂ ਇੰਨਾ ਦੇ ਧਰਨੇ ਇੰਨਾ ਦੇ ਸਾਹਮਣੇ ਲਾਉਂਦੇ, ਫਿਰ ਸਰਕਾਰ ਮੂਹਰੇ ਲਾਓਗੇ। ਸਾਡੇ 'ਚੋਂ ਅਸੀਂ ਬਹੁਤ ਜਣੇ ਨੇ ਕੀਤੀਆਂ, ਬਾਰੇ ਜਣੇ ਕਹਿੰਦੇ ਜੀ ਤੁਸੀਂ ਆਏ ਆ, ਦੂਜੇ ਨਾਂ ਦੇ ਨਹੀਂ ਆਏ। ਸਾਡੇ ਨਾਂ ਦੇ ਬਾਹਰ ਬੈਠੇ ਆ, ਪਤੰਦਰੋਂ ਕਨੇਡਾ ਬੈਠੇ ਆ, ਆਈਲੈਟਸ ਕਰਕੇ, ਜਿਹਦੇ ਬਾਪੂ ਕੋਲ ਰੁਪਈਏ ਹੈਗੇ, ਇਹਨਾਂ ਨਾਂ ਲਗਾ ਚੱਲ ਬਾਹਰ ਨੂੰ, ਉਹਦਾ ਘਰ ਖਾਲੀ ਕਰੀ ਬੈਠੇ ਆ। ਬਾਹਰ ਨੂੰ ਭੱਜਣ ਦੀ ਬਜਾਏ ਸਰਕਾਰੀ ਅਦਾਰਿਆਂ ਨੂੰ ਪੈਸੇ, ਇਹਨਾਂ ਯੂਨੀਵਰਸਿਟੀਆਂ ਦੇ ਝਾਂਸਿਆਂ ਦੇ ਬਜੋ, ਇਹਨਾਂ ਦੇ ਏਜੰਟ ਨਾ ਬਣੋ। ਇਹ ਤੁਹਾਨੂੰ ਅੱਜ ਦਾ ਰਮੀਜ਼ਨਾ ਦਵਾਉਂਦੇ ਰੁਪਈਏ ਦਿੰਦੇ ਆ, ਪਰ ਇਹ ਗਾਹਾਂ ਦੇ ਵੀ ਰੁਪਈਏ ਲੁੱਟਦੇ, ਸਰਕਾਰ ਦੇ ਵੀ ਰੁਪਈਏ ਲੁੱਟਦੇ ਆ। ਇਹ ਫਿਰ ਸਾਨੂੰ ਧਰਨਿਆਂ ਤੋਂ ਬੋਲਣ ਪਹਿਲਾਂ ਵੀ ਕੋਈ ਵੈਲਿਊ ਨਹੀਂ ਨਾ ਸਰਟੀਫਿਕੇਟਾਂ ਦੀ। ਤੁਹਾਡੀਆਂ ਚੁਣੀਆਂ ਸਰਕਾਰਾਂ ਤੁਹਾਡੇ ਵਾਸਤੇ ਕੁਛ ਨਹੀਂ ਕਰਦੀਆਂ, ਜੇ ਅਭਿਆਸ ਕਰਨੇ ਤੁਹਾਨੂੰ ਆਪ ਨੂੰ ਕਰਨੇ ਪੈਣਗੇ। ਹਾਂਜੀ ਦੋਸਤੋ, ਆਪਾਂ ਬੈਠ ਗਏ ਆ ਕੇ ਪਾਰਕ 'ਚ ਯੂਨੀਵਰਸਿਟੀ ਦੇ, ਤੁਹਾਨੂੰ ਪਾਰਕ ਦਿਖਾਤਾ ਕਿ ਆਪਾਂ ਪਾਰਕ 'ਚ ਬੈਠ ਗਏ ਹਾਂ। ਅਤੇ ਜਿਹੜਾ ਤੁਸੀਂ ਆਹ ਵੀਡੀਓ ਦੇਖੀ ਛੋਟਾ ਜਿਹਾ ਕਲਿੱਪ, ਇੱਕ ਇਹ ਯੂਨੀਵਰਸਿਟੀ ਦੇ ਬਾਹਰ ਨਾ ਉਹ ਲੱਗਿਆ ਹੋਇਆ ਧਰਨਾ ਲੱਗਿਆ ਹੋਇਆ, ਅਤੇ ਇਹਨਾਂ ਨੇ ਧਰਨਾ ਕਿਉਂ ਲਾਇਆ ਉਹ ਵੀ ਤੁਹਾਨੂੰ ਦੱਸਦੇ ਹਾਂ। ਇੱਥੇ ਇਹਨਾਂ ਨੇ ਧਰਨਾ ਤਾਂ ਲਾਇਆ, 2015 ਦੇ ਵਿੱਚ ਵੈਟਨਰੀ ਵਾਲੇ ਸਟੂਡੈਂਟ ਸੀਗੇ, ਠੀਕ ਆ, ਅਤੇ ਉਹਨਾਂ ਨੂੰ ਜਾਲੀ ਡਿਗਰੀਆਂ ਦਿੱਤੀਆਂ, ਅਤੇ ਉਹਨਾਂ ਨੇ ਜਦੋਂ ਮਤਲਬ ਜਾ ਕੇ ਅਪਲਾਈ ਕੀਤਾ ਆਪਦੀ ਜੋਬਸ ਲਈ, ਠੀਕ ਆ, ਸਰਕਾਰੀ ਜਾਂ ਪ੍ਰਾਈਵੇਟ ਜੋਬਸ ਲਈ, ਅਤੇ ਉਹਨਾਂ ਨੂੰ ਕਨਫਰਮ ਹੋਇਆ ਵੀ ਇਹ ਜਿਹੜੀਆਂ ਡਿਗਰੀਆਂ ਨੇ ਉਹ ਸਾਰੀਆਂ ਜਾਲੀ ਨੇਗੀਆਂ, ਠੀਕ ਆ। ਅਤੇ ਫਿਰ ਇਹਨਾਂ ਨੇ ਕੀ ਕੀਤਾ, ਮੀਟਿੰਗ ਰੱਖੀ ਗਈ, ਅਤੇ ਫਿਰ ਉਹਨਾਂ ਨੇ ਜਿਹੜਾ ਉਹਨਾਂ ਨੇ ਗੱਲ ਦੱਸਿਆ ਕਿ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਫੀਸ ਨਹੀਂ ਭੇਜੀ ਉਹਨਾਂ ਨੂੰ, ਠੀਕ ਆ, ਤਾਂ ਕਰਕੇ ਇਹ ਡਿਗਰੀਆਂ ਜਾਲੀ ਰੱਖੀਆਂ ਗਈਆਂ ਨੇਗੀਆਂ, ਇਹ ਸਰਟੀਫਾਈਡ ਨਹੀਂ ਹੈਗੀਆਂ। ਅਤੇ ਹੁਣ ਜਿਹੜੇ ਉਹ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਸੀਗੀਆਂ ਇੱਥੋਂ,
ਤੇ ਉਹ ਹੁਣ ਇੱਥੇ ਮਤਲਬ ਧਰਨ ਵਾਲਾ ਹੀ ਬੈਠਿਆ ਕੁਛ ਬੰਦੇ ਵਿੱਚ ਹੀ ਬੈਠੇ ਨੇਗੇ ਉਹ ਜਿਨ੍ਹਾਂ ਨੇ ਮਤਲਬ 2015 'ਚ ਬੈਨਰੀ ਦਾ ਕੋਰਸ ਕੀਤਾ ਸੀ ਠੀਕ ਆ ਜਾਲੀ ਡਿਗਰੀਆਂ ਲਿੱਤੀਆਂ ਨੇਗੀਆਂ ਅਤੇ ਹੁਣ ਨਾ ਤਾਂ ਉਹ ਸਰਕਾਰੀ ਕੰਮ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੂੰ ਜੋਬ ਨਹੀਂ ਮਿਲ ਸਕਦੀ ਅਤੇ ਉਹ ਪ੍ਰਾਈਵੇਟ ਵੀ ਨਹੀਂ ਕਰ ਸਕਦੇ ਪ੍ਰਾਈਵੇਟ ਕਿਉਂ ਨਹੀਂ ਕਰ ਸਕਦੇ ਕਿਉਂਕਿ ਜੇ ਉਹ ਪ੍ਰਾਈਵੇਟ ਕੰਮ ਕਰਦੇ ਨੇ ਤਾਂ ਮੰਨ ਲਓ ਉਹ ਠੀਕ ਆ ਪ੍ਰਾਈਵੇਟ ਕੰਮ ਕਰਦੇ ਹੈਗੇ ਕਿਸੇ ਪਸ਼ੂ ਨੂੰ ਉਹਨਾਂ ਨੇ ਟੀਕਾ ਲਾਇਆ ਠੀਕ ਆ ਕਿਸੇ ਠੀਕ ਕਰਨ ਲਈ ਜੇ ਉਹ ਕਈ ਵਾਰ ਬਿਮਾਰ ਹੋ ਗਿਆ ਉਹਨੂੰ ਕੋਈ ਠੀਕ ਕਰਨ ਲਈ ਟੀਕਾ ਲਾਇਆ ਤਾਂ ਜੇ ਉਹਨੂੰ ਪਸ਼ੂ ਨੂੰ ਕੋਈ ਨੁਕਸਾਨ ਹੁੰਦਾ ਗਾ ਠੀਕ ਆ ਤਾਂ ਜੇ ਕੋਈ ਬੰਦਾ ਉਹਨਾਂ 'ਤੇ ਕੇਸ ਕਰਦਾ ਤਾਂ ਸਿੱਧਾ ਉਹਨਾਂ 'ਤੇ ਮਤਲਬ ਪਰਚਾ ਹੁੰਦਾ ਗਾ ਵੀ ਤੁਸੀਂ ਮਤਲਬ ਤੁਹਾਡੇ ਕੋਲ ਅਥਾਰਟੀ ਨਹੀਂ ਆ ਤੁਸੀਂ ਇਹ ਚੀਜ਼ਾਂ ਕਰੋ ਅਤੇ ਹੁਣ ਉਹਨਾਂ ਨੇ 2015 ਦੇ ਵਿੱਚ ਲੱਗੇ ਤੁਹਾਨੂੰ ਪਹਿਲਾਂ ਹੀ ਪਤਾ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਫੀਸਾਂ ਪਹਿਲਾਂ ਬਹੁਤ ਜ਼ਿਆਦਾ ਨੇ ਇੱਥੋਂ ਦੀਆਂ ਹੈ ਨਾ ਅਤੇ ਦੂਜਿਆਂ ਨਾਲੋਂ ਅਤੇ